ਅੱਜ ਦਾ ਏਜੰਡਾ ਸੀਗਾ ਕਿ ਜਿਹੜੇ ਮਿਲੀਟਰੀ ਸਿੱਖ ਹੈ ਅਤੇ ਜਿਹਨਾਂ ਨੂੰ ਸ਼ਡਿਊਲ ਕਾਸਟ ਵੀ ਕਹੀਦਾ ਹੈ, ਉਹਨਾਂ ਦਾ ਅਤੇ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਸਾਰਿਆਂ ਨੂੰ ਕੋਈ ਕੱਟ ਨਾ ਕਰੇ ਜੀ, ਪਰ ਇਹ ਜਿਹੜੀ ਮਨੁਸਮ੍ਰਿਤੀ ਹੈ ਉਸ ਦੇ ਪ੍ਰਭਾਵ ਹੇਠ ਆ ਕੇ 1947 ਤੋਂ ਬਾਅਦ ਸਿੱਖਾਂ ਨੂੰ ਗੁਲਾਮ ਰੱਖ ਕੇ ਅਤੇ ਉਹਨਾਂ ਦੇ ਵਿੱਚ ਫਿਰ ਇਹ ਬਲਾ ਮਨੁਸਮ੍ਰਿਤੀ ਦੀ ਭਰਤ ਦਿੱਤੀ ਹੈ, ਜਿਹਦੇ 'ਤੇ ਮੈਂ ਗੱਲ ਕੀਤੀ ਹੈ ਅਤੇ ਤੁਸੀਂ ਸੁਣ ਰਹੇ ਸੀਗੇ। ਬਾਬੇ ਵਿੱਚ ਬੀਐਲਜੀ ਦੇ ਦੁਰਘਟਨਾਵਾਂ ਵਾਪਰੀਆਂ ਜੀ, ਫਿਰ ਉਹ ਤਾਂ ਵਾਪਰਨੀਆਂ ਜੀ ਜਦੋਂ ਆਪਾਂ ਟੁੱਟੇ ਫੁੱਟੇ ਪਏ ਹਾਂ। ਹੁਣ ਕੋਈ MP ਤਾਂ 7 ਤਾਂ MP ਆਪਾਂ ਨੇ 4 ਤਰੀਕ ਜੂਨ ਨੂੰ ਭੇਜੇ ਆ ਕਾਂਗਰਸ ਦੇ, ਜਿਨ੍ਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲਾ ਕਰਵਾਇਆ ਸੀਗਾ। ਅਤੇ ਫਿਰ ਆਪ ਤੁਸੀਂ ਦੱਸੋ ਕਿ ਸਾਡੀ ਕੌਮੀਅਤ ਕਿਉਂ ਟੁੱਟ ਰਹੀ ਹੈ? 7 MP ਕਾਂਗਰਸ ਦੇ ਕਿਉਂ ਭੇਜੇ ਅਸੀਂ ਉੱਥੇ, ਜਦਕਿ 6 ਤਰੀਕ ਨੂੰ ਘੱਲੂਘਾਰਾ ਦਿਵਸ ਹੈ? ਆਪਣੀ ਪੀੜ੍ਹੀ ਥੱਲੇ ਤਾਂ ਝਾਤੀ ਮਾਰ ਲਈਏ ਕਿ ਸਾਡੇ ਵਿੱਚ ਕਸੂਰ ਹੈ ਕਿ ਹੋਰ ਕਿਸੇ ਵਿੱਚ ਕਸੂਰ ਹੈ? ਕਿ ਆਪਾਂ ਛਿੱਤਰਾਂ ਦੇ ਯਾਰ ਹੀ ਬਣ ਕੇ ਇਹ ਰਹਿਣਾ ਹੈਗਾ, ਆਜ਼ਾਦ ਨਹੀਂ ਹੋਣਾ, ਆਪਣੀ ਸੋਚ ਨਹੀਂ ਰੱਖਣੀ ਕਿ ਆ 7 MP ਨੂੰ ਕੋਈ 3 ਆਮ ਪਾਰਟੀ ਨੂੰ ਪਤਾ ਨਹੀਂ ਕਿ 6 ਜੂਨ 1984 ਹਿੰਦੁਤਵ ਇੰਦਰਾ ਗਾਂਧੀ ਨੇ ਅਤੇ BJP ਨੇ ਰਲ ਕੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ 'ਤੇ ਹਮਲੇ ਕਰਵਾਏ ਸੀ ਅਤੇ ਹਜ਼ਾਰਾਂ ਸਿੱਖ ਸ਼ਹੀਦ ਕਰਤੇ? ਸਾਡੇ ਸਿੱਖ ਨਵੀਂ ਜਿਹੜੀ ਪੂੰਗ ਰਹੀ ਸੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਢਿੰਡਾਂ ਵਾਲਿਆਂ ਦੀ, ਉਸ ਨੂੰ ਖਤਮ ਕਰਤਾ। ਤਾਂ ਇੰਨੀ ਜੇ ਸੂਝ ਹੋਵੇ ਤਾਂ ਆਪਾਂ ਕਿਉਂ ਇਹ ਮਾਯੂਸੀ ਦੇ ਵਿੱਚ ਆਈਏ, ਜਿਵੇਂ ਤੁਸੀਂ ਮਾਯੂਸੀ ਦਾ ਸਵਾਲ ਪੁੱਛਿਆ।